ਇਹ ਸਾਰੇ ਮੇਰੇ ਜੇਠ ਵਾਲੇ ਪਿੰਡ ਬਰਸਾਤ ਤੋਂ ਸ਼ੁਰੂ ਹੋਣਾ ਇਨਸ਼ਾਅੱਲਾ ਤਾਲਾ ਜੇਠ ਤੱਕ ਬਸ ਹੋਣਾ ਮੈਂ ਉੱਥੇ ਵੀ ਚੜ ਗਏ ਨੇ ਸਾਰੇ ਜੇਠ ਵਾਲੇ ਪਿੰਡ ਤੋਂ ਚਾਲੀ ਕਬੂਤਰ ਸਾਰੇ ਹੀ ਟੈਲੀ ਕਬੂਤਰ ਅਤੇ ਸਾਰੇ ਮੇਰੇ ਆਪਣੇ ਘਰ ਦੇ ਭਾਜੀ ਕਿੱਥੇ ਦਾ ਦੇ ਕਬੂਤਰ ਕੋਈ ਨਹੀਂ 41 ਨੰਬਰ ਪੱਟੀ ਇਹ ਮੇਰੇ ਰਾਮੋ ਕਬੂਤਰ ਨੇ ਮਾਸ਼ਾਅੱਲਾ ਕਾਫੀ ਤਿਆਰੀ ਕੀਤੀ ਹੈ ਕਿ ਜੋ ਅੱਲਾ ਨੂੰ ਮਿਲੇ ਮਿਹਨਤ ਬੜੀ ਕੀਤੀ ਉਹ ਸਾਡੀ ਚਿੱਠੀ ਪੁੱਛ ਲਾਲਾ ਪੁੱਤਰ ਬੈਠਾ ਉਹ ਪਿਛਲੇ ਸਾਲ ਦੇ ਕੱਪੜੇ ਦੋ ਟੈਲੀਫੋਨ ਨੰਬਰ ਦੀਆਂ ਕੜੀਆਂ ਇਹਨਾਂ ਨੂੰ ਪਈਆਂ ਇਹ ਵੀ ਪਿਛਲੇ ਸਾਲ ਦਾ ਇਹਨੂੰ ਵੀ ਟੈਲੀਫੋਨ ਨੰਬਰ ਦੇਣੀ ਇਹ ਮਾਦੀ ਵੀ ਸਾਡੀ ਪਿਛਲੇ ਸਾਲ ਦੀ ਹੁਣ ਇਨਸ਼ਾਅੱਲਾ ਤਾਲਾ ਲਾਲ ਅੱਖਾਂ ਵਾਲੇ ਕਬੂਤਰ ਦੇਵਾਂ ਮੈਂ ਉੱਥੇ ਵੀ ਬੈਠਾ ਸਾਰਾ ਕਬੂਤਰ ਉੱਥੇ ਚਲਾ ਗਿਆ 240 ਕਬੂਤਰ ਹੈ ਇਹ ਅਸੀਂ ਪੱਠਾ ਇੱਕ ਉਡਾਇਆ ਨਹੀਂ ਇੱਥੇ ਐ ਲਾ ਤਕਰੀਬਨ ਕਾਫੀ ਹੋ ਗਿਆ ਇਹ ਮਾਦੀ ਪਿਛਲੇ ਸਾਲ ਦੀ ਵੀ 41 ਨੰਬਰ ਬਚਾਇਆ ਤਾਂ ਹੈ ਕਿ ਮਾਸ਼ਾਅੱਲਾ ਇਨਸ਼ਾਅੱਲਾ ਤਾਂ ਲਾਲਾ ਦਾ ਲਾਲਾ ਮਜ਼ਾ ਦੇ ਰਿਹਾ ਇਕਤਾਲੀ ਨੰਬਰ ਅਸੀਂ ਹੁਣ ਬੱਚੇ ਛੱਡੇ 10 ਨੰਬਰ ਇਹਨਾਂ ਨੂੰ ਖੱਪੇ ਖੁੱਪੇ ਪਾ ਕੇ ਰਾਤ 'ਤੇ ਵੀ ਲਾ ਲਿੱਤਾ ਹੁਣ ਕੱਲ੍ਹ ਇਹਨਾਂ ਨੂੰ ਕੱਢਾਂ ਦੇਣਾ 8-9 ਵਜੇ ਤਾਰਾਂ ਦੇ ਉੱਤੇ ਘੰਟੇ ਤੋਂ ਪਿਛਲੇ ਸਾਲ ਘੰਟੇ 2 ਘੰਟੇ ਦਾ ਕਬੂਤਰ ਹਰਿਆ ਸੀ ਬਹਾਦਰ ਕਬੂਤਰ 7:07 ਮਿੰਟ ਤੱਕ ਹੈ ਬੈਠਾ ਹੈ ਕੋਈ ਫਿਰ ਤਾਂ ਸੀ 3-4 ਵਜੇ ਤੋਂ ਘੱਟ ਨਹੀਂ ਸੀ 2 ਵਜੇ 3 ਵਜੇ ਇੱਕ ਵਾਰੀ 2 ਵਜੇ ਬੈਠਾ ਸੀ ਇਹ ਕਿਹਾ ਸਾਲ ਬਹੁਤ ਅੱਛੀ ਪੱਠੀ ਨਵੀਂ ਬਣੀ ਇਹ ਲਈ ਇਹਦੇ ਨਾਲ ਤੁਹਾਡਾ ਬੁਲਟ ਕਬੂਤਰ ਇਹ 41 ਮਾਦੀ ਕਿਉਂਕਿ ਇੰਨੇ ਇੰਨੇ ਗੋਲ ਕੀਤੇ ਨੇ ਇਹਨਾਂ ਨੂੰ ਫਿਰ ਵੀ ਇਹ 4-4-5-5 ਘੰਟੇ ਉੱਡਣ ਇਹ ਵੀ ਮਾਦੀ ਪੁਰਾਣੀ ਇਨਸ਼ਾਅੱਲਾ ਤਾਲਾ ਇਹ ਕਿ ਅੱਲਾ ਤਾਲਾ ਇੱਧਰ ਦੇ ਅੱਲਾ ਤਾਲਾ ਦੇ ਘਰ ਬੜੀ ਉਮੀਦ ਹੈ ਕਰਕੇ ਸਾਰੇ ਉੱਤੇ